हलका डेराबसी मेरी करम भूमि है अते इत्थों दे संपूर्ण विकास लई मैं वचनबद्ध हाँ। इन्हां विचारां दा प्रगटावा कांग्रेस आगू दीपिंदर सिंह ढिल्लों ने पिंड भंकरपुर विखे 1,58,00,000 रुपए के विकास कार्यां दी शुरुआत दे रखे नींह पत्थर दा उद्घाटन करन मौके कीता। इस मौके सरपंच हरजिंदर कौर, यूथ कांग्रेस आगू दलजीत सिंह, महिंदर सिंह, रणजीत सिंह, मोहन सिंह, भुपिंदर कौर पंच, सरबजीत सिंह अते होर हाजिर सन। इस मौके बोलदिया दीपिंदर सिंह ढिल्लों ने कहा कि उन्हां दी सरकार दा मुख मकसद पिंडां नूं वी शहरां वांग उन्नत बनाउणा है। ਸਾਹਿਬ ਤੁਸੀਂ ਉਦਘਾਟਨ ਕੀਤਾ ਹੈ ਜੀ, ਇਹ ਕਿੰਨੇ ਗਲੀਆਂ ਦਾ ਉਦਘਾਟਨ ਕੀਤਾ ਹੈ ਜੀ? ਇਹ ਦੇਖੋ, ਇਸ ਭੰਕਰਪੁਰ ਨਗਰ ਇੱਕ ਬੜਾ ਵੱਡਾ ਪਿੰਡ ਹੈ ਔਰ ਇਸ ਪਿੰਡ ਲਈ ਤਕਰੀਬਨ 1,58,00,000 ਰੁਪਏ ਦੀ ਗ੍ਰਾਂਟ ਜਿਹੜੀ ਹੈ ਇਸ ਪਿੰਡ ਨੂੰ ਵੱਖ ਵੱਖ ਕਾਰਜਾਂ ਨਾਲ ਜਾਰੀ ਕੀਤੀ ਗਈ ਹੈ, ਜਿਹੜੀ ਕਿ ਪੰਚਾਇਤ ਨੂੰ ਮਿਲ ਜਾਣੀ ਹੈ। ਉਹਦੇ ਵਿੱਚ ਗਲੀਆਂ ਨਾਲੀਆਂ ਵੀ ਹੈ ਅਤੇ ਸਟੇਡੀਅਮ ਦਾ ਬਣਾਉਣ ਦਾ ਪ੍ਰੋਗਰਾਮ ਹੈ, ਬਾਕੀ ਗੰਦੇ ਪਾਸੇ ਪਾਣੀ ਦੀ ਨਿਕਾਸੀ ਦਾ ਵੀ ਹੈ, ਕੁਛ ਸਕੂਲ ਦੇ ਵਿੱਚ ਕੰਮ ਹੋਣ ਵਾਲਾ, ਉਹ ਵੀ ਹੋਰ ਵੀ ਜਿਹੜੇ ਸਾਂਝੇ ਘਰ ਤੋਂ ਬੋਝ ਧਰਮਸ਼ਾਲਾ ਜਿਵੇਂ ਇਹਦਾ ਵੀ ਐਸਟੀਮੇਟ ਲਵਾ ਰਹੇ ਹਾਂ। ਸੋ ਇਸ ਕਰਕੇ ਅੱਜ ਇੱਕ ਰਸਮੀ ਤੌਰ ਦੇ ਉੱਤੇ ਇਹ ਜਿਹੜੇ ਵੀ ਕੰਮ ਹੈ ਉਹਨਾਂ ਦਾ ਉਦਘਾਟਨ ਕੀਤਾ। ਇਹ ਜਿਹੜੇ ਸਾਰੇ ਕੰਮ ਹੈ ਇਹਨਾਂ ਦੀ ਗ੍ਰਾਂਟ ਸਰਕਾਰ ਵੱਲੋਂ ਜਾਰੀ ਹੋ ਚੁੱਕੀ ਹੈ, ਮਨਜ਼ੂਰ ਹੋ ਚੁੱਕੀ ਹੈ ਔਰ ਇਹ ਗ੍ਰਾਂਟ ਜਿਹੜੀ ਹੈ ਇਸ ਪਿੰਡ ਦੇ ਵੀ ਲੱਗੇਗੀ। ਔਰ ਕਿੰਨੀ ਕੁ ਗ੍ਰਾਂਟ ਜਾਰੀ ਹੋਈ ਹੈ? ਤਕਰੀਬਨ 1,58,00,000 ਰੁਪਏ ਦੀ ਗ੍ਰਾਂਟ ਜਿਹੜੀ ਹੈ ਇਸ ਨਗਰ ਨੂੰ ਮਿਲੇਗੀ। ਪਹਿਲਾਂ ਵੀ ਪੈਸੇ ਕਾਫੀ ਆ ਚੁੱਕੇ ਨੇ, ਮੇਰਾ ਖਿਆਲ ਤਾਂ ਇਸ ਨਗਰ ਨੂੰ ਕਾਫੀ ਨਗਰ 200 ਰੁਪਏ ਉੱਤੇ ਵੀ ਸ਼ਰਤ ਤੱਕ ਆ ਗਿਆ। ਸੋ ਸਾਡੀ ਜਿਹੜੀ ਸਰਕਾਰ ਹੈ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਜੀ ਦੀ ਰਹਿਨਮਾਈ ਦੇ ਵਿੱਚ, ਮਹਾਰਾਣੀ ਪਰਨੀਤ ਕੌਰ ਜੀ ਸਾਡੇ ਮਾਨਯੋਗ ਮੈਂਬਰ ਪਾਰਲੀਮੈਂਟ, ਉਹਨਾਂ ਦੀ ਰਹਿਨਮਾਈ ਦੇ ਵਿੱਚ ਅਸੀਂ ਸਰਬਪੱਖੀ ਵਿਕਾਸ ਜਿਹੜਾ ਹੈ ਉਹ ਅਸੀਂ ਕਰਨਾ ਚਾਹੁੰਦੇ ਹਾਂ। ਪਿੰਡਾਂ ਨੂੰ ਵੀ ਅਸੀਂ ਜਿਵੇਂ ਸ਼ਹਿਰਾਂ ਦੇ ਵਿੱਚ ਵਿਕਾਸ ਹੋ ਰਿਹਾ, ਪਿੰਡਾਂ ਨੂੰ ਵੀ ਉਸ ਲੈਵਲ 'ਤੇ ਲੈ ਕੇ ਆਉਣਾ ਚਾਹੁੰਦੇ ਹਾਂ। ਜਿੰਨੀਆਂ ਸਾਡੀਆਂ ਪੰਚਾਇਤਾਂ ਨੇ, 92 ਪੰਚਾਇਤਾਂ ਨੇ ਡੇਰਾਬਸੀ ਬਲਾਕ ਦੇ ਵਿੱਚ, ਮੈਂ ਦੱਸਣਾ ਚਾਹੁੰਦਾ 28 ਕਰੋੜ ਰੁਪਈਏ ਦੇ ਅਸੀਂ ਪ੍ਰੋਜੈਕਟ ਇਹ 92 ਪੰਚਾਇਤਾਂ ਲਈ ਵੱਖ ਵੱਖ ਕਾਰਜਾਂ ਲਈ ਬਣਾਏ ਆ ਔਰ ਉਹ ਮਨਜ਼ੂਰੀ ਜਿਹੜੀ ਹੈ ਹੋ ਚੁੱਕੀ ਹੈ, ਪੈਸੇ ਪੰਚਾਇਤਾਂ ਤੋਂ ਆ ਰਹੇ ਨੇ ਔਰ ਮੈਂ ਸਮਝਦਾ ਸਾਰੇ ਪਿੰਡਾਂ ਦੇ ਵਿੱਚ ਵਿਕਾਸ ਕਾਰਜ ਬਹੁਤ ਵੱਡੇ ਪੱਧਰ ਦੇ ਉੱਤੇ ਚੱਲ ਰਹੇ ਨੇ। ਦੇਸ਼ ਦੁਨੀਆ 'ਤੇ ਕੋਰੋਨਾ ਮਹਾਂਮਾਰੀ ਦਾ ਅਸਰ, ਇਹ ਜ਼ਰੂਰੀ ਹੈ ਕਿ ਤੁਹਾਨੂੰ ਮਿਲੇ ਸਹੀ ਜਾਣਕਾਰੀ ਅਤੇ ਪਤਾ ਹੋਵੇ ਸੱਚੀ ਖਬਰ। ਅਜੀਤ ਵੈਬ ਟੀਵੀ ਦੇ ਸੈਂਕੜੇ ਪੱਤਰਕਾਰਾਂ ਦੀ ਹੈ ਹਰ ਪਲ, ਹਰ ਜਗ੍ਹਾ ਤੇ ਹਰ ਸਥਿਤੀ ਤੇ ਪੈਣੀ ਨਜ਼ਰ। ਪਿੰਡ, ਕਸਬਾ, ਸ਼ਹਿਰ ਹੋਵੇ ਜਾਂ ਦੇਸ਼ ਵਿਦੇਸ਼, ਅਸੀਂ ਜੁੜੇ ਹਾਂ ਤੁਹਾਡੇ ਨਾਲ ਅਖਬਾਰਾਂ ਤੇ ਸੋਸ਼ਲ ਮੀਡੀਆ ਰਾਹੀਂ। ਕਲਮ ਦੀ ਤਾਕਤ ਤੇ ਵੈਬ ਟੀਵੀ ਦੇ ਮਾਧਿਅਮ ਦੇ ਨਾਲ ਹਰ ਜਨ ਤੱਕ ਪਹੁੰਚਾਵਾਂਗੇ ਹਰ ਮਨ ਦੀ ਆਵਾਜ਼, ਹਰ ਆਮੋ ਖਾਸ ਤੇ ਹਕੂਮਤ ਨੂੰ ਵੀ ਕਰਾਂਗੇ ਸਵਾਲ ਜਵਾਬ। ਆਪ ਨਹੀਂ ਤਾਂ ਪਹੁੰਚੇਗੀ ਸਾਡੀ ਵੀਡੀਓ ਕਾਲ। ਅਫਵਾਹਾਂ ਤੋਂ ਬਚੋ ਅਤੇ ਸੱਚੀਆਂ ਤੇ ਸਹੀ ਖਬਰਾਂ ਦੇ ਲਈ ਜੁੜੇ ਰਹੋ ਅਜੀਤ ਵੈਬ ਟੀਵੀ ਦੇ ਨਾਲ।